गुड मॉर्निंग ਸਾਰਿਆਂ ਨੂੰ ਐਂਡ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਇੱਥੇ ਸਵੇਰ ਦੇ ਅਜੇ 8 ਵਜੇ ਨੇ ਤੇ ਅੱਜ ਮੇਰਾ ਡੇ ਆਫ ਸੀਗਾ ਡੇ ਆਫ ਕਹਿ ਲੋ ਜਾਂ ਮੈਂ ਉਵੇਂ ਛੁੱਟੀ ਮਾਰ ਲਈ ਬਿਕੋਜ਼ ਅੱਜ ਮੇਰੀ ਆਫਟਰਨੂਨ ਸ਼ਿਫਟ ਸੀਗੀ ਤੇ ਮੈਂ ਆਫਟਰਨੂਨ ਸ਼ਿਫਟ ਬਹੁਤ ਘੱਟ ਲਾਈਕ ਕਰਦੀ ਆ ਬਿਕੋਜ਼ ਸਤਿੰਦਰ ਦਾ ਵੀ ਅਰਲੀ ਮਾਰਨਿੰਗ ਕੰਮ ਹੁੰਦਾ ਹੈ ਤੇ ਮੈਂ ਹਮੇਸ਼ਾ ਪ੍ਰੀਫਰ ਕਰਦੀ ਆ ਕਿ ਮੈਨੂੰ ਮਾਰਨਿੰਗ ਸ਼ਿਫਟ ਹੀ ਮੈਂ ਕਰਾਂ ਤੇ ਸ਼ਾਮ ਨੂੰ ਘਰੇ ਹੋਵਾਂ ਤੇ ਮੇਰਾ ਅੱਜ ਨਹੀਂ ਸੀਗਾ ਮਨ ਕਿ ਮੈਂ ਸ਼ਾਮ ਨੂੰ ਕੰਮ ਤੇ ਜਾਵਾਂ ਸੋ ਕੈਨਸਲ ਕਰ ਦਿੱਤੀ ਤੇ ਅੱਜ ਮੇਰਾ ਪਲਾਨ ਹੈ ਕਿ ਆਪਾਂ ਅੱਜ ਗਾਰਡਨ ਦੀ ਕਲੀਨਿੰਗ ਕਰਾਂਗੇ ਆਪਣੇ ਬੈਕਯਾਰਡ ਤੇ ਫਰੰਟ ਤੇ ਲਵੀ ਅੱਜ ਲਵੀ ਦੀ ਆਫਟਰਨੂਨ ਸ਼ਿਫਟ ਆ ਉਹ ਮੈਨੂੰ ਸਿਰੇ ਸਿਰ ਘਰੇ ਦੇਖ ਗਿਆ ਤੇ ਮੈਂ ਸੋਚਣ ਦੀ ਸੀ ਉਹਨੂੰ ਕਹੂੰਗੀ ਕਿ ਬਾਹਰ ਬਿਕੋਜ਼ ਉਹ ਗਰਾਸ ਕਟਿੰਗ ਜਿਹੜੀ ਉਹ ਮਸ਼ੀਨ ਨਾਲ ਹੀ ਹੋਣੀ ਹੈ ਤੇ ਉਹ ਲਵੀ ਹੀ ਕਰੂਗਾ ਜਾਂ ਸਤਿੰਦਰ ਕਰਦੇ ਨੇ ਤੇ ਲਵੀ ਨੂੰ ਹੁਣ ਮੈਂ ਕਿਹਾ ਹੈ ਉਹ ਕਰੂਗਾ ਤੇ ਉਹਦੇ ਉੱਤੇ ਵਲੌਗ ਆ ਉਹ ਵਿਖਾਵਾਂਗੇ ਤੁਹਾਨੂੰ ਤੇ ਇੱਥੇ ਨਾ ਬਹੁਤ ਦਿਨਾਂ ਤੋਂ ਮੀਂਹ ਪੈਣ ਰਿਹਾ ਸੀਗਾ ਉਹਦੇ ਕਰਕੇ ਘਾਹ ਨਾ ਬਹੁਤ ਜ਼ਿਆਦਾ ਵੱਡਾ ਹੋ ਗਿਆ ਸੀ ਤੇ ਕਿਸੇ ਦਾ ਵੀ ਟਾਈਮ ਨਹੀਂ ਲੱਗਣ ਰਿਹਾ ਸੀ ਔਰ ਮੀਂਹ ਕਰਕੇ ਤੁਹਾਨੂੰ ਪਤਾ ਹੈ ਜਦੋਂ ਘਾਹ ਗਿੱਲਾ ਹੁੰਦਾ ਹੈ ਤੇ ਉਹ ਵੱਢਣਾ ਔਖਾ ਹੋ ਜਾਂਦਾ ਤੇ ਅੱਜ ਮਸ਼ੀਨ ਨਹੀਂ ਚੱਲਦੀ ਉਹਦੇ ਤੇ ਤੇ ਅੱਜ ਹੁਣ ਥੋੜ੍ਹਾ ਜਿਹਾ ਵੈਦਰ ਠੀਕ ਆ ਤੇ ਮੈਂ ਸੋਚਣੀ ਸੀ ਲਵੀ ਨੂੰ ਕਹਿੰਦੀ ਕਿ ਅੱਜ ਗਰਾਸ ਕਟਿੰਗ ਕਰ ਦੇਗਾ ਤੇ ਬਾਕੀ ਉਹਦੇ ਤੇ ਯਾਰ ਵਲੌਗ ਆ ਮਤਲਬ ਆਪਾਂ ਗਾਰਡਨ ਦੀ ਸਫਾਈ ਦੇ ਉੱਤੇ ਚਲੋ ਤੁਹਾਨੂੰ ਵਿਖਾਉਂਦੇ ਹਾਂ ਤੇ ਇੰਡੀਆ ਵਾਲਿਆਂ ਨੂੰ ਕਿ ਇੱਥੇ ਬਾਹਰ ਆਪਾਂ ਕਿਵੇਂ ਗਾਰਡਨ ਆਪਣੇ ਮੇਨਟੇਨ ਕਰੀਦੇ ਜਿਵੇਂ ਇੰਡੀਆ ਆਪਾਂ ਨੂੰ ਇਹਨਾਂ ਚੀਜ਼ਾਂ ਦੀ ਟੈਨਸ਼ਨ ਨਹੀਂ ਹੁੰਦੀ ਨਾ ਵੀ ਉੱਥੇ ਚਲੋ ਆਪਾਂ ਕਰਵਾ ਲਈਦਾ ਕਿਸੇ ਤੋਂ ਮਗਰ ਇੱਥੇ ਆਪਾਂ ਜਿੰਨੇ ਵੀ ਕੰਮ ਆ ਸਾਰੇ ਆਪ ਹੀ ਕਰਨੇ ਹੁੰਦੇ ਆ ਭਾਵੇਂ ਜਦੋਂ ਵੀ ਟਾਈਮ ਮਿਲੇ ਤੇ ਭਾਵੇਂ ਮਹੀਨੇ 'ਚ ਇੱਕ ਵਾਰ ਜਾਂ ਜਦੋਂ ਵੀ ਸਾਡਾ ਟਾਈਮ ਮਿਲਦਾ ਹੈ ਉਦੋਂ ਫਿਰ ਆਪਾਂ ਘਰ ਦੀ ਕਲੀਨ ਜਿਹੜੀ ਆਪ ਹੀ ਕਰੀਦੀ ਇੰਡੀਆ ਵਰਗੂ ਨੀਗਾ ਕਿ ਉੱਥੇ ਆਪਾਂ ਇੰਡੀਆ ਬਹੁਤ ਈਜ਼ੀ ਲਾਈਫ ਆ ਇੱਥੋਂ ਨਾਲੋਂ ਤਾਂ ਬਹੁਤ ਈਜ਼ੀ ਆ ਇੱਥੇ ਸਾਰੇ ਹੀ ਕੰਮ ਸਾਨੂੰ ਆਪ ਕਰਨੇ ਪੈਂਦੇ ਆ ਤੇ ਉਹਦੇ ਤੇ ਵਲੌਗ ਆ ਤੁਹਾਨੂੰ ਵਿਖਾਵਾਂਗੇ ਕਿ ਕਿਵੇਂ ਆਪਾਂ ਇੱਥੇ ਗਾਰਡਨ ਆਪਣੇ ਨਾਲ ਮੇਨਟੇਨ ਦਾ ਕਰਦੇ ਹਾਂ ਅੱਜ ਕਰਦੇ ਆ ਗਾਰਡਨਿੰਗ ਦਾ ਕੰਮ ਸਾਈਡਾਂ ਇਹਦੇ ਨਾਲ ਵੱਡੀਆਂ ਜਾਂਦੀਆਂ ਕਿਉਂਕਿ ਮਸ਼ੀਨ ਨਹੀਂ ਚੱਲਦੀ ਸਾਈਡਾਂ ਤੇ ਵੈਸੇ ਇਦਾਂ ਦੀ ਲੈ ਕੇ ਜ਼ਰੂਰ ਜਾਣੀ ਆ ਪੱਠੇ ਵੱਡੇ ਨਹੀਂ ਜਿੱਦਾਂ ਮਰਜ਼ੀ ਪੱਠੇ ਵੱਡੇ ਵੀ ਜਾਣੇ ਤੇ ਕੁਦਰੇ ਵੀ ਜਾਣੇ ਇਹਦੇ ਨਾਲ ਹਾਂਜੀ ਜੇ ਕਿਤੇ ਜਦੋਂ ਕਿਤੇ ਇੰਡੀਆ ਗਏ ਨਾ ਇਦਾਂ ਦੀ ਵੇਖਾਂਗੇ ਜੇ ਛੋਟੇ ਸਾਈਜ਼ ਦੀ ਹੋਵੇ ਨਾ ਇੰਡੀਆ ਖਾਣੀ ਨਹੀਂ ਜਾਂਦੀ ਮਸ਼ੀਨ ਆ ਘਾਹ ਵੱਢਣ ਵਾਲੀ ਇੱਥੇ ਘਾਹ ਵੱਢ ਕੇ ਪੈ ਜਾਂਦਾ ਬਾਅਦ ਖਾਲੀ ਕਰ ਲਈਦੀ ਬੋਸ ਕੰਪਨੀ ਦੀ ਆ ਕੰਪਨੀ ਬੜੀ ਫੇਮਸ ਆ ਇੰਡੀਆ ਇਸ ਕੰਪਨੀ ਦੇ ਨਾ ਅਸੀਂ ਆਪਣੇ ਟਰੈਕਟਰ ਚ ਫਿਲਟਰ ਪਾਉਂਦੇ ਆ ਨਹੀਂ ਫਾਰਮ ਟਰੈਕ 60 ਵਿੱਚ ਅੱਛਾ ਡੈਡੀ ਜੀ ਨੂੰ ਪਤਾ ਹੋਣਾ ਹਾਂ ਬਹੁਤ ਵਧੀਆ ਓਕੇ ਇਹ ਤਾਂ ਨਹੀਂ ਇੰਡੀਆ ਜਾ ਸਕਦੀ ਇਹ ਵੱਡੀ ਬਹੁਤ ਵੇਲਾ ਕੋਸ਼ਿਸ਼ ਕਰ ਲਾ ਸ਼ਾਇਦ ਨਹੀਂ ਨਹੀਂ ਹੈ ਚਲੇ ਜਾਵੇ ਇਹਨਾਂ ਵਜਨ ਨਹੀਂ ਨਾ ਦੇਣਾ ਹੁੰਦਾ ਸਾਰੇ ਪੁੱਟ ਕੇ ਵਿੱਚ ਆਪਾਂ ਜ਼ਮੀਨ ਚ ਕਰ ਦਿੰਦੇ ਨਾ ਇਹਦੇ ਚੋਂ ਉਹਨੂੰ ਸਪੇਸ ਨਹੀਂ ਮਿਲੀ ਬਹੁਤ ਪਹਿਲਾਂ ਤਾਂ ਬਹੁਤ ਵਧੀਆ ਹੋ ਗਿਆ ਸੀ ਸੁੱਕ ਗਿਆ ਲਓ ਜੀ ਸਾਡਾ ਬੈਕਯਾਰਡ ਤੇ ਹੋ ਗਿਆ ਕਲੀਨ ਲਵੇ ਨੇ ਕੱਟਤੀ ਆ ਸਾਰੀ ਗਰਾਸ ਹੁਣ ਅਸੀਂ ਫਰੰਟ ਲੱਗੇ ਹਾਂ ਸਫਾਈ ਕਰਨ ਬਟ ਲਵੀ ਦਾ ਕੰਮ ਆ ਲਵੀ ਨੇ ਚਲੇ ਜਾਣਾ ਵਾ ਕੰਮ ਤੇ ਬਟ ਉਹ ਮਸ਼ੀਨ 'ਤੇ ਲਾ ਕੇ ਜਾਊਗਾ ਘਾਹ ਵਾਲੀ ਫਰੰਟ 'ਤੇ ਵੀ ਅਤੇ ਫਿਰ ਬਾਕੀ ਜਿਹੜਾ ਹੱਥ ਨਾਲ ਕਰਨ ਵਾਲਾ ਕੰਮ ਆ ਉਹ ਮੈਂ ਕਰੂੰਗੀ
बैकयार्ड आप साफ कर लिया तो आप लड़िया पड़िया मगर ये आप ना सोचो कि दिवाली करके आप लाते हैं बिकॉज ये जो मैं व्लॉग बनाया सीगा बारबीक्यू वाला उदो आप लाइया सी तो सारिया हवान इधर उधर हुई तो उन्होंने आप चंगी तरह मैं फिक्स करूँगी हूँ शाम को क्योंकि बहुत गर्मी है बहर तो दिवाली और दिवाली का कोई सैलीब्रेशन का इस बार नहीं है बिकॉज जिमें पहला ब्लॉग पाया से साडा एरकी दिवाली जी सा बहुत वधिया नहीं आई साढ़े मास्टर जी करके तो आप सैलीब्रेट नहीं करनी तो गुरु घर जावे बंदी छोड़ दिवस से आप उ मत्था टेकन जावे वह मैं ब्लॉग बनाऊंगी बट घर कोई सैलीब्रेशन नहीं आ और गुरु घर भी दीवे जगाने अलाउ नहीं किए बिकॉज ऑफ COVID-19 तो क्योंकि बहुत रश हो जाना सीगा करके नहीं तो अज दिवाली तो एक दिन पहला वाला दिन है जिस दिन मैं ब्लॉग बना दी अज शाम शायद मैं तो सतेंद्र शाम को जावे गुरु घर मत्था टेकन तो वह ब्लॉग बनावे लवी जड़ा है हम ब्रूम कर दिया है बैक साइड से शक्तिमान काम का टाइम आते तू जाना जल्दी आजो ते तीन घंटे पे काम ते फ्रंट का फटाफट चला दे मशीन फिर मैं बाकी बाद विच करूंगी सफाई लवी ना साडा स्लो बहुत आ बहुत स्लो सॉरी बैक साइड साडी हो गई सारी ग्रास कटिंग हो गई उधर सफाई आपां कर ली आ हुण आपां फ्रंट ते करन दे आ ते फ्रंट ते बहुत ज्यादा सीगा मतलब खराब होया सी बहुत घा हो गया सीगा ते आ देखो की हाल बणिया बिकॉज मैं भी जॉब स्टार्ट कर दी टाइम ही नहीं मिलता किसी का भी तो हूँ मैं लगता कि हाथ ना करने वाला काम जोड़ा मेरे को अजे तो हो नहीं पाना बिकॉज गर्मी आ बहर बहुत शाम को करूँगी तो इधर भी आ देखो फुल देखो किन्ने सोहने खिड़े हुए तो आ सारी ये शाम को हूँ मैं करूँगी थोड़ा जो वैदर ठीक होगा वैसे तो बदल आ बट बहुत गर्मी आ बहर टाइम लवी 12 बजन वाले आ छेती कर लवी ने हुण मशीन चला के चले जाना वा इहदा काम आ दिवाली नहीं मनाउणी लेकिन फिर भी दिवाली नहीं फिर भी आपां नूं क्लीनिंग ते करनी चाहीदी चलो बाद में सफाई होगी ते चाह दे इंडिया रह गई हां देखो इहदा हुण एवें कट्टांगे बहुत कंडे आ इहदे विच इत्थे मशीन ही चला दी लवी तों बाद च ते अजे साडा गराज देखो मैं गराज दी हालत इन्नी खराब होई आ ना कि हुण मैं शाम नूं ही करूंगी नाल अज मैं अपनी गड्डी भी वॉश करनी आ सारी सफाई करूंगी उस वैक्यूम करने वाला क्योंकि वह कभी सतेंद्र चला कभी मैं चला इस करके बहुत गंदी होंगी मैं कभी वैसे गंदी नहीं करती गड्डी सतेंद्र ने हालत बहुत खराब की वह खड़ी आ हूँ इनू मैं शाम को जो टाइम मिलया हम थोड़ा असं बाहर जाना समान लैन वास्ते फिर गड्डी भी साफ करूँगी तो बहरों भी धोवे रात वैसे असी ट्रक वॉश किया इतने बहुत नहीं रात सतेंद्र गड्डी दूजी लै ट्रक लैके आए थे ना रात तो रात आप ट्रक वॉश किया सुंदर लैके आए अहीं लगे रहे 9 बजे तिकर लवी हाँ 9 बजे तिकर मैं नाल लगी मगर मेरा कितने इन्ना हाथ पहुँचता इन्ना तो वड्डा उच्चा ट्रक तो हम गराज भी साफ करना वेखो हालत बहुत बुरी हुई पई आ बहुत तिखे है चुकना नहीं है हुण लवी ने अपना जगाड़ लाया देसी वाला इन्हें ते मशीन चला देनी है चल आज फिर गार्डनिंग कर हाँ जी लवप्रीत ने हुण कर लिया ग्रास कटिंग फ्रंट एंड बैकयार्ड के दोनों साइड से ही हुण तैयार होने लगा है काम वास्ते बिकॉज़ उहदी आफ्टरनून शिफ्ट आ
ਤੇ ਮੈਂ ਵੀ ਜਿਹੜਾ ਕੰਮ ਰਹਿ ਗਿਆ ਉਹ ਸ਼ਾਮ ਨੂੰ ਕਰੂੰਗੀ ਬਿਕੋਜ਼ ਇਸ ਟਾਈਮ ਬਹੁਤ ਗਰਮੀ ਆ ਬਾਹਰ ਅੱਜ ਹੈ ਤਾਂ ਬੱਦਲ ਮਗਰ ਜਿਵੇਂ ਹੁਣ ਇੱਥੇ ਗਰਮੀ ਸਟਾਰਟ ਹੋ ਗਈ ਹੈ ਤੇ ਬਾਹਰ ਬਹੁਤ ਗਰਮੀ ਆ ਹਵਾ ਵੀ ਚੱਲਣ ਦੀ ਪਰ ਤਾਂ ਵੀ ਸਟਿਲ ਬਹੁਤ ਹੌਟ ਆ ਤੇ ਸੁਖਵੀਰ ਨੇ ਜਾਣਾ ਵਾ ਕੰਮ ਤੇ ਉਹਦੀ ਵੀ ਆਫਟਰਨੂਨ ਸ਼ਿਫਟ ਹੁੰਦੀ ਮੋਸਟ ਆਫ ਦਾ ਟਾਈਮ ਉਹਦੀ ਆਫਟਰਨੂਨ ਹੀ ਹੁੰਦੀ ਆ ਤੇ ਉਹਨੇ ਥੋੜਾ ਬੁਲੀਸ ਤੋਂ ਲੈਣਾ ਵਾ ਸਮਾਨ ਤੇ ਉਹ ਸਮਾਨ ਪਹਿਲਾਂ ਬੁਲੀਸ ਜਾਊਂਗੀ ਮੈਂ ਉਹਦੇ ਨਾਲ ਫਿਰ ਉਹਨੂੰ ਸਟੇਸ਼ਨ ਛੱਡੂੰਗੀ ਫਿਰ ਉਹਨੇ ਚਲੇ ਜਾਣਾ ਕੰਮ ਤੇ ਫਿਰ ਸ਼ਾਮ ਨੂੰ ਮੈਂ ਆ ਕੇ ਥੋੜਾ ਰੈਸਟ ਕਰਕੇ ਫਿਰ ਸ਼ਾਮ ਨੂੰ ਬਾਹਰ ਜਿਹੜਾ ਗਾਰਡਨ ਦਾ ਕੰਮ ਰਹਿ ਗਿਆ ਉਹ ਕਰੂੰਗੀ ਤੇ ਨਾਲ ਮੈਂ ਅੱਜ ਆਪਣੀ ਗੱਡੀ ਵੀ ਵਾਸ਼ ਕਰਨੀ ਸਾਰੀ ਸਫਾਈ ਕਰਨੀ ਉਹਦੇ ਅੰਦਰੋਂ ਉਹ ਕਰੂੰਗੀ ਸਤਿੰਦਰ ਮੈਨੂੰ ਲੱਗਦਾ ਕਿ ਟਾਈਮ ਨਾਲ ਆ ਜਾਣਗੇ ਫਿਰ ਤੇ ਉਹ ਤੋਂ ਪਹਿਲਾਂ ਮੈਂ ਆਪਣੇ ਜਿੰਨੇ ਕੰਮ ਆ ਉਹ ਸਾਰੇ ਫਿਨਿਸ਼ ਕਰੂੰਗੀ ਜਿਵੇਂ ਕਿ ਗਰਾਸ ਸਾਫ਼ ਕਰਨਾ ਹੈ ਤੇ ਬਾਕੀ ਬਾਹਰ ਜਿਹੜਾ ਗਾਰਡਨ ਦਾ ਥੋੜ੍ਹਾ ਜਿਹਾ ਕੰਮ ਰਹਿ ਗਿਆ ਉਹ ਫਿਨਿਸ਼ ਕਰੂੰਗੀ ਤੇ ਚਲੋ ਠੀਕ ਆ ਹੁਣ ਮੈਂ ਚੱਲੀ ਹਾਂ ਸੁਖਵੀਰ ਦੇ ਨਾਲ ਸੁਖਵੀਰ ਨੂੰ ਛੱਡਦੀ ਹਾਂ ਸੁਖਵੀਰ ਨੇ ਥੋੜ੍ਹਾ ਆਪਣਾ ਸਮਾਨ ਲਊਗੀ ਦੈਨ ਉਹਨੇ ਚਲੇ ਜਾਣਾ ਜੌਬ 'ਤੇ ਜ਼ਿਆਦਾ ਦੂਰ ਨਹੀਂ ਆਪਣੇ ਘਰ ਤੋਂ ਲੱਗ ਗਈ ਆ ਅਤੇ ਸੁਖਵੀਰ ਨੇ ਲੈਣਾ ਸਮਾਨ ਸਮਾਨ ਲੈ ਕੇ ਅਤੇ ਫਿਰ ਉਹਨੂੰ ਮੈਂ ਸਟੇਸ਼ਨ ਛੱਡ ਦੂੰਗੀ ਫਿਰ ਉਹਨੇ ਚਲੇ ਜਾਣਾ ਕੰਮ 'ਤੇ ਅਤੇ ਫਿਰ ਮੈਨੂੰ ਥੋੜ੍ਹਾ ਕੰਮ ਕਰਕੇ ਫਿਰ ਘਰ ਆਊਂਗੀ ਘਰ ਆ ਕੇ ਅਤੇ ਫਿਰ ਗਾਰਡਨ ਦਾ ਕੰਮ ਕਰਨਾ ਹੈ ਸ਼ਾਮ ਨੂੰ ਫਰੂਟ ਲੈਣੇ ਫਰੂਟਸ ਲੈਣੇ ਸੁਖਵੀਰ ਨੂੰ ਹੁਣ ਛੱਡ ਦਿੱਤਾ ਆਪਾਂ ਚੱਲੀ ਆ ਜੌਬ ਮਿਲਦੇ ਹਾਂ ਸ਼ਾਮ ਨੂੰ ਓਕੇ ਬਾਏ ਬਾਏ ਸੁਖਵੀਰ ਨੇ ਕੀ ਕੀਤਾ ਕਿ ਸਮਾਨ ਲੈ ਕੇ ਤੇ ਸਾਰਾ ਗੱਡੀ ਛੱਡ ਕੇ ਚਲੇ ਗਈ ਫਰੂਟ ਵਗੈਰਾ ਤੇ ਨਾਲ ਕੁਛ ਨਹੀਂ ਲਿਆ ਹੁਣ ਮੈਂ ਦੁਬਾਰਾ ਫੇਰ ਮੁੜ ਕੇ ਆਈ ਹਾਂ ਇਹਨੂੰ ਸਮਾਨ ਦੇਣ ਵਾਸਤੇ ਬਿਕੋਜ਼ ਇਹਦੀ ਲੌਂਗ ਸ਼ਿਫਟ ਆ ਇਹਨੇ ਰਾਤ ਨੂੰ ਘਰ ਆਉਣਾ ਤੇ ਕੋਈ ਚੀਜ਼ ਨਹੀਂ ਨਾਲ ਲਈ ਖਾਣ ਵਾਸਤੇ ਈਵਨ ਲੰਚ ਵੀ ਨਹੀਂ ਘਰੋਂ ਖਾ ਲਿਆ ਤੇ ਬਸ ਛੁੱਟੀ ਹੁਣ ਦੁਬਾਰਾ ਇਹਨੇ ਬੁਲਾਇਆ ਮੈਨੂੰ ਹੁਣ ਮੈਂ ਇਹਨੂੰ ਦੇਣ ਆਈ ਹਾਂ ਦੁਬਾਰਾ ਫੇਰ ਚੱਲ ਠੀਕ ਆ ਹੁਣ ਲੈ ਲਿਆ ਸਾਰਾ ਕੁਛ ਮੇਰੀ ਨਾ ਗੱਡੀ 'ਚ ਖਲਾਰਾ ਬਹੁਤ ਆ ਬਿਕੋਜ਼ ਸਤਿੰਦਰ ਨੇ ਨਾ ਆਪਣਾ ਟਰੱਕ ਦਾ ਸਮਾਨ ਇਹਦੇ 'ਚ ਰੱਖਿਆ ਹੁਣ ਮੈਂ ਘਰੇ ਜਾ ਕੇ ਕੱਢੂੰਗੀ ਵੇਖੋ ਜੇ ਬਾਹਰ ਵੈਦਰ ਇੱਕਦਮ ਚੇਂਜ ਹੋ ਗਿਆ ਅਤੇ ਨਾਲ ਹੀ ਵੈਦਰ ਤਾਂ ਚਲੋ ਹੁਣੇ ਹੀ ਚੇਂਜ ਹੋਇਆ ਇੱਕਦਮ ਹੀ ਅਤੇ ਨਾਲ ਸਤਿੰਦਰ ਦੀ ਕਾਲ ਆ ਗਈ ਕਿ ਮੈਂ ਕੰਮ 'ਤੇ ਹਾਂ ਬਿਕੋਜ਼ ਤੁਹਾਨੂੰ ਜਿਵੇਂ ਮੈਂ ਪਹਿਲਾਂ ਗੱਲ ਕਰਨ ਡਈ ਸੀ ਵੀ ਸਤਿੰਦਰ ਘਰੇ ਕੱਲ੍ਹ ਟਰੱਕ ਲੈ ਕੇ ਆਏ ਸੀ ਅਤੇ ਟਰੱਕ 'ਤੇ ਸਵੇਰੇ ਜੌਬ ਚਲੇ ਗਏ ਸੀ ਅਤੇ ਹੁਣ ਉਹਨਾਂ ਨੇ ਮਤਲਬ ਕੰਮ ਟਰੱਕ ਜਿਹੜਾ ਸ਼ਾਮ ਨੂੰ ਫਿਰ ਚੱਲਣਾ ਹੈ ਦੂਜੇ ਜਣੇ ਨੇ ਕਿਸੇ ਨੇ ਚਲਾਉਣਾ ਹੈ ਅਤੇ ਇਸ ਕਰਕੇ ਹੁਣ ਟਰੱਕ 'ਤੇ ਆ ਨਹੀਂ ਸਕਦੇ ਸੀ ਅਤੇ ਮੈਨੂੰ ਜਾਣਾ ਪੈਣ ਡਿਆ ਉਹਨਾਂ ਨੂੰ ਲੈਣ ਵਾਸਤੇ ਅਤੇ ਨਾਲ ਵੈਦਰ ਵੀ ਚੇਂਜ ਹੋ ਗਿਆ ਨਾ ਤਾਂ ਗਾਰਡਨ ਦਾ ਕੰਮ ਹੋ ਪਾਉਣਾ ਹੈ ਅਤੇ ਨਾ ਹੀ ਕਾਰ ਵਾਸ਼ ਹੋ ਪਾਉਣੀ ਆ ਅਤੇ ਇਹਦੇ ਨਾਲ ਹੀ ਹੁਣ ਮੈਂ ਸਤਿੰਦਰ ਨੂੰ ਲੈਣ ਚੱਲੀ ਉਹਦੇ ਨਾਲ ਹੀ ਫਿਰ ਮੈਂ ਜਿਹੜਾ ਵਲੌਗ ਆ ਫਿਨਿਸ਼ ਕਰ ਦੂੰਗੀ ਅਤੇ ਚਲੋ ਹੁਣ ਸਤਿੰਦਰ ਨੂੰ ਲੈਣ ਚੱਲਦੇ ਹਾਂ ਹੁਣ ਨੋ ਆਪਸ਼ਨ ਕਿ ਮੈਂ ਦੂਜਾ ਕੰਮ ਕਰਦੀ ਕੋਈ ਕਿਉਂਕਿ ਵੈਸੇ ਵੀ ਲੇਟ ਹੋ ਜਾਣਾ ਸਤਿੰਦਰ ਨੂੰ ਲੈ ਕੇ ਆਊਂਗੀ ਇਸ ਟਾਈਮ ਬਹੁਤ ਟ੍ਰੈਫਿਕ ਮਿਲਣਾ ਮੈਨੂੰ ਜਾਂਦਿਆਂ ਵੀ ਟਾਈਮ ਲੱਗਣਾ ਅਤੇ ਆਉਂਦਿਆਂ ਵੀ ਟਾਈਮ ਲੱਗਣਾ ਹੈ ਆ ਕੇ ਸਾਡਾ ਸਤਿ ਸ਼੍ਰੀ ਅਕਾਲ